सिख इतिहास हिंदी च लिखा गया ते इते मोर देखो श्रोमणी कमेटी दी है जिहड़ी मोर आ ना इते इनू इनू पबलिश किया इनू इनू आ देख लो श्रोमणी गुरुद्वारा प्रबंधक कमेटी अमृतसर इहदा कोई लेखक नहीं जिहड़ी श्रोमणी कमेटी ने छापी है लिखिया पता की आपां पहला भी इह वारी जिक्र कीता है कि गुरु गोबिंद सिंह अपने बच्चा नूं छड के मैं थोड़ा जहा तुम दस हाँ, नानक का गुरु एक मुसलमान था। नानक मुगलों को भारत में लाया। नानक ने हिंदू धर्म ही अपनाया था। नानक मर गया, अंगद आ गया। शर्म आंदी इस किताब दे विचों जो शब्दावली है दस दिया। अर्जुन ने आत्महत्या करी थी। अर्जुन के मरने के बाद हरगोबिंद का दिमागी संतुलन खो गया था। हरगोबिंद बहुत डरपोक आदमी था। सोते समय मौत के भय से 60 बंदूकधारी पहरे पर खड़े रखता था। और आगे लिखा है कि हर राय के दो बेटे थे। जब हर राय मरा उस वक्त बड़े बेटे राम राय की उम्र 15 वर्ष की थी और छोटे बेटे हर कृष्ण की उम्र 6 वर्ष की थी। लेकिन बड़े बेटे को गद्दी नहीं दी गई क्योंकि वो नौकरानी के पेटों था। गोविंद ने पुत्रों के अभियोग में आत्महत्या करी थी। ए एस किताब देखो साडी कहानी असी असी ना मैं सिखो असी गुरुद्वारे बनाउण ते जोर दिता होया। दो बना लो, चार बना लो, पत्थर चढ़ा लो, संगमरमर ला लो। असी दरबार साहब इन्ने बारी जाए, असी इन्ने बारी नतमस्तक होए, असी इन्ने बारी घरे खंड पाठ प्रकाश करा लिया, ਅਸੀਂ ਸਹਿਜ ਪਾਠ ਪ੍ਰਕਾਸ਼ ਕਰਾ ਲਿਆ। ਅਸੀਂ ਆਹੀ ਗੱਲਾਂ ਜੁਗ ਰਹੇ ਹਾਂ ਬਾਈ, ਮੱਥੇ ਟੇਕ ਲਏ, ਸੁੱਖ ਸੁੱਖ ਲਈ, ਆਹੀ ਗੱਲਾਂ ਸਾਡੇ ਬੱਲੇ ਆ। ਆਹ ਤੁਹਾਡਾ ਨਾਸ ਮਾਰਿਆ ਪਿਆ, ਤੁਹਾਡਾ ਨਾਸ ਆ ਪਿਆ, ਆਹ ਦੇਖ ਲਓ। ਤੁਹਾਡੇ ਲਾਹਨਤਾਂ ਪਾਉਣੀਆਂ ਤੁਹਾਨੂੰ ਆਉਣ ਵਾਲੀ ਨਸਲ ਨੇ, ਤੁਹਾਨੂੰ ਜਦੋਂ ਪੜੂਗੀ। ਮੈਂ ਤੁਹਾਨੂੰ ਉਦੇ ਵੀ ਗੱਲ ਕਹੀ ਸੀ, ਮੈਂ ਅੱਜ ਵੀ ਕਹਿਣਾ ਕਿ ਤਿੰਨ ਸਰੋਤ ਹੁੰਦੇ ਆ ਕਿਸੇ ਵੀ ਨਸਲ ਕੌਮ ਨਵੀਂ ਜਿਹੜੀ ਪੀੜ੍ਹੀ ਹੈ ਉਹਨੇ ਆਪਣੇ ਇਤਿਹਾਸ ਬਾਰੇ ਜਾਣਨਾ ਹੋਵੇ ਤਾਂ ਤਿੰਨ ਸਰੋਤ ਆ ਉਹਦੇ ਕੋਲ। ਪਹਿਲਾ ਸਰੋਤ ਹੁੰਦਾ ਸੀ ਪੀੜ੍ਹੀ ਦਰ ਪੀੜ੍ਹੀ ਸੁਣਦੇ ਹਾਂ ਪਿਓ ਦਾਦਿਆਂ ਤੋਂ ਲੈ ਕੇ ਫਿਰ ਆਉਣ ਵਾਲੀ ਜਨਰੇਸ਼ਨ ਨੂੰ, ਆਉਣ ਵਾਲੀਆਂ ਨਸਲਾਂ ਨੂੰ ਦੱਸਦੇ ਹਾਂ ਕਿ ਸਾਡਾ ਆਹ ਇਤਿਹਾਸ ਆ, ਅਸੀਂ ਕਿੰਨਾ ਦੇ ਵਾਰਸ ਹਾਂ। ਦੂਜਾ ਸਰੋਤ ਆ ਸਾਡੇ ਕੋਲ ਆਹ ਪਿਆ ਕਿਤਾਬਾਂ, ਆਹ ਕਿਤਾਬਾਂ ਨੇ ਆਹ ਸਰੋਤ ਆ ਦੂਜਾ। ਇਹ ਤੁਹਾਡਾ ਨਾਸ ਮਾਰਤਾ, ਤੁਹਾਡੇ ਪੱਲੇ ਕੱਖ ਨਹੀਂ ਛੱਡਿਆ, ਤੁਹਾਨੂੰ ਨਖਿੱਦ ਨਕੰਮੇ ਚੋਰ ਲਟੇਰੇ ਡਾਕੂ ਡਰਪੋਕ ਬਣਾ ਕੇ ਪੇਸ਼ ਕੀਤਾ ਪਿਆ। ਕਿੰਨਾ ਨੂੰ? ਬਾਬਾ ਬੰਦਾ ਸਿੰਘ ਬਹਾਦਰ ਵਰਗਿਆਂ ਨੂੰ। ਕਿੰਨਾ ਨੂੰ? ਗੁਰੂ ਗੋਬਿੰਦ ਸਿੰਘ ਵਰਗਿਆਂ ਨੂੰ, ਗੁਰੂ ਹਰਗੋਬਿੰਦ ਸਾਹਿਬ ਵਰਗਿਆਂ ਨੂੰ, ਗੁਰੂ ਤੇਗ ਬਹਾਦਰ ਵਰਗਿਆਂ ਨੂੰ ਲਟੇਰੇ, ਆਹ ਪਿਆ ਬੋਲਦਾ। ਤੀਜਾ ਤੁਹਾਡਾ ਸਰੋਤ ਸੀਗਾ, ਤੁਹਾਡੀਆਂ ਇਤਿਹਾਸ ਦੀਆਂ ਨਿਸ਼ਾਨੀਆਂ ਉਹ ਖਤਮ ਕਰਤੀਆਂ। ਦਿਖਾਓ ਮੈਨੂੰ ਕਿੱਥੇ ਰਹਿ ਗਈ ਚਮਕੌਰ ਦੀ ਕੱਚੀ ਗੜੀ, ਦਿਖਾਓ ਠੰਡਾ ਬੁਰਜ ਕਿੱਥੇ ਹੈ, ਦਿਖਾਓ ਮੈਨੂੰ ਇੱਥੇ ਅਨੰਦਪੁਰ ਸਾਹਿਬ ਦੇ ਕਿਲੇ ਕਿੱਥੇ ਰਹਿ ਗਏ, ਦਿਖਾਓ ਸਰਹੰਦਰੀ ਨੀਂਹ ਕਿੱਥੇ ਰਹਿ ਗਈ, ਤੁਹਾਡੀਆਂ ਦਰਸ਼ਨੀ ਡਿਉੜੀਆਂ ਕਿੱਥੇ ਰਹਿ ਗਈਆਂ, ਤੁਹਾਡੇ ਬੁੰਗੇ ਕਿੱਥੇ ਚਲੇ ਗਏ, ਦੱਸੋ ਕਿਹੜੀ ਨਿਸ਼ਾਨੀ ਬੱਚੀ ਆ ਤੁਹਾਡੇ ਕੋਲੇ, ਆਉਣ ਵਾਲਾ ਤੁਹਾਨੂੰ ਕੀ ਦਿਖਾਓਗੇ ਯਾਰ? ਗੁਰਦੁਆਰੇ ਵੀ ਅਸੀਂ ਹਾਂ ਬਹੁਤ ਵੱਡੇ ਵੱਡੇ ਗੁਰਦੁਆਰੇ ਬਣਾ ਦੇ, ਗੁਰਦੁਆਰੇ ਨੇ ਪੱਥਰ ਲਾ ਤੇ, ਫਰਸ਼ਾਂ ਲਾ ਤੀਆਂ, ਚਮਕਣ ਲਾ ਤੇ ਗੁਰਦੁਆਰੇ, ਆਹ ਦਿਖਾਓਗੇ? ਆਹ ਤਿੰਨੇ ਸਰੋਤ ਤੁਹਾਡੇ, ਦੋ ਤਾਂ ਖਤਮ ਕਰਤੇ, ਤੀਜਾ ਜੋ ਮੈਂ ਉਦੋਂ ਵੀ ਕਿਹਾ ਸੀ, ਤੀਜਾ ਤੁਹਾਡੀ ਕਿਸੇ ਪੀੜ੍ਹੀ ਨੇ ਆ ਕੇ ਪੁੱਛਣਾ ਨਾ ਕਿਸੇ ਪਿਓ ਦਾਦੇ ਨੂੰ ਕਿ ਬਾਪੂ ਅਸੀਂ ਕੌਣ ਹੁੰਦੇ ਹਾਂ, ਤੁਹਾਨੂੰ ਦੱਸਣਾ ਕਿ ਅਸੀਂ ਚਮਕੌਰ ਦੀਆਂ ਕੱਚੀਆਂ ਗੜੀਆਂ ਦੇ ਵਾਰਸ ਹੈ। ਜਿਹੜਾ ਕੱਲਾ ਕੱਲਾ ਸਵਾ ਸਵਾ ਲੱਖ ਨਾਲ ਭਿੜ ਗਿਆ ਉਹਨੇ ਕਹਿਣਾ ਬਾਪੂ ਕਿਉਂ ਝੂਠ ਬੋਲਦਾ ਓਏ, ਉਹ ਤਾਂ ਤੇਰਾ ਗੁਰੂ ਗੋਬਿੰਦ ਸਿੰਘ ਆਤਮ ਹੱਤਿਆ ਕਰ ਗਿਆ ਸੀ ਆਪਣੇ ਜਵਾਕਾਂ ਦੇ ਵਿਯੋਗ ਚ, ਆਪਣੇ ਜਵਾਕਾਂ ਨੂੰ ਛੱਡ ਕੇ ਭਗੌੜਾ ਹੋ ਗਿਆ ਸੀ, ਭੱਜ ਗਿਆ ਸੀ, ਆਹ ਲਿਖਿਆ ਪਿਆ, ਆਹ ਲਿਖਿਆ ਪਿਆ। ਉਹਨੇ ਕਹਿਣਾ ਚੱਲ ਚਮਕੌਰ ਦੀ ਕੱਚੀ ਗੜੀ ਦਿਖਾਵਾਂ, ਕਿਹੜੀ ਗੜੀ ਦਿਖਾਊਗਾ ਬਾਈ, ਗੁਰਦੁਆਰਾ ਹੀ ਹੋਣਾ ਉੱਥੇ ਹੀ ਬਣਿਆ, ਕਿੱਥੇ ਯਾਰ ਕੱਲ ਨੂੰ ਹੱਥ ਮਾਰੋ, ਕਿੱਥੇ ਫਸੇ ਹੋਏ ਆ ਤੁਸੀਂ, ਕਦੋਂ ਜਾਗੋਗੇ? ਮੈਨੂੰ ਜਾਗਣ ਦਾ ਹੁਣ ਸਮਾਂ ਰਹੀ ਨੀ, ਸਾਡੇ ਪੱਲੇ ਹੀ ਰਹਿ ਗਿਆ, ਦੱਸ ਦੋ ਕੋਈ ਨਿਸ਼ਾਨੀ ਬਚੀ ਆ ਤਾਂ ਮੈਨੂੰ ਹੁਣ ਤੱਕ। ਅਸੀਂ ਵੀ ਚੌੜੇ ਹੋ ਕੇ ਕੋਈ ਪਿੰਡ ਚ ਪ੍ਰਾਤਨ ਨਿਸ਼ਾਨੀ ਪਈ ਹੋਵੇ, ਕੋਈ ਪੁਰਾਣੀ ਸਾਡੀ
बेरी खड़ी है, पुराने जंड खड़े ने जिन्हां ने गुरु साहिबान ने कोई घोड़ा बन्ने है, कोई राम कीता आके वो इतिहास बोलता है, असि वह भी बढ़ दिने हुंदे आ भी कोई गल नहीं गुरुद्वारा पा दिओ। अकल नूं हत्थ मारो, अकल नूं हत्थ मारो, रोण दा तरस दा तुहाडी मानसिकता ते दुख आउंदा तुहाडी सोच नूं देख के, कित्थे आ यार असीं, इन्ने निखेधन निकम्मे असीं होए यार, साडा सारा कुछ लुट्टिया गया पुट्टिया गया तबाह हो गए, दुश्मन ऐ साडियां जड़ां नूं दाती पा के हौली 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 साडियां जड़ां ऐ बढ़तियां अगले नूं। आ भाई आ दस्सो मेरा प्रोग्राम बारे, इस करके कहने आ की दिखाओगे यार, की मूह दिखाओगे आने वाले समय च, की तुहानूं तुहाडियां आने वाली नस्लां ने लानतां पाउणियां कि साडे लई की सामभ के गए आ, हले भी वेला हैगा संभल जो जाग पो माड़ा जा, पता कर लिया करो स्कूलां च की पढ़ाई जांदे आ, की सिखाई जांदे आ, की जवाकां दे दिमागां च भरी जांदे आ, आप पता कर लिया करो, जाके पता कर लिया करो। वाहो दाही आपो तापी कोई गल मैं।